दैनिक सवेरा टीवी ते आप सब दा स्वागत है, मैं रजिंदर कौर। अमरीकी चोणां दे नतीजे आ रहे ने, पर नाल दी नाल ही अमरीका दे आउण वाले दिनां दे संकेत कुछ चंगे नहीं लग रहे। अमरीकी चोणां विच डेमोक्रेटिक पार्टी दे राष्ट्रपति अहुदे दे उम्मीदवार जो बाइडन जित दे अंकड़े 270 दे नेड़े पुज गए ने, पर दूजे पासे अपनी हार नूं वेखदे होए डोनाल्ड ट्रंप ने कानूनी लड़ाई लड़न दा ऐलान कर दिता है। अमरीका विच ए इस सदी दी सब तो वध वोटिंग हुई है, अते हो सकदा है कि पूरा नतीजा आउण नूं कई दिनां दा इंतजार करना पवे। ट्रंप ने सुप्रीम कोर्ट दा दरवाजा खड़काउण दी गल कही है, हालांकि ट्रंप वल्लों लगाए इल्जामां दे सबूत उहनां वल्लों पेश नहीं कीते गए। जिथे एक पासे चोणां दे नतीजियां तों पहलां ही ट्रंप वल्लों अपनी जित दा ऐलान कर दिता सी, उत्थे ही बाइडन ने बयान जारी करदे अपने समर्थकां नूं कहा कि जदों तक आखरी वोट दी गिनती नहीं हो जांदी उदों तक ओह शांत रहण अते शांति बनाई रखण। पर वोटां दी गिनती दे नाल नाल अमरीकियां दी प्रतिक्रिया आउणी वी शुरू हो गई। कई थावां उपर प्रदर्शन कीते जा रहे ने। व्हाइट हाउस दे बाहर डोनाल्ड ट्रंप दे खिलाफ प्रदर्शन हो रहा है ते ट्रंप नूं गिरफ्तार करन दी मंग लगातार कीती जा रही है। उत्थे ही एरिजोन विच ट्रंप दे समर्थकां वल्लों इकट्ठ कीता गया। एरिजोन विच मैरीकोपा दे वोटिंग गिनती केंद्र दे बाहर ए लोक इकट्ठे होए ते दावा कीता कि इत्थे ट्रंप दीआं वोटां दी गिनती नहीं कीती जा रही। अलग-अलग सूबिआं विच ट्रंप अते बाइडन दे समर्थकां वल्लों प्रदर्शन शुरू कर दित्ते ने, जित्ते कोई भी, पर अमरीका विच तनाव दी स्थिति पैदा होणा तय लग रिहा है। डाक द्वारा पाईआं गईआं वोटां नतीजे बदल सकदीआं ने। इस वार दा डाक रिकॉर्ड 6.5 करोड़ है जो सरकार बदल सकदीआं ने। ਤੁਹਾਨੂੰ ਦੱਸ ਦਈਏ ਕਿ ਕਮਲਾ ਹੈਰਿਸ ਅਤੇ ਜੋ ਬਾਈਡਨ ਨੇ ਡਾਕ ਰਾਹੀਂ ਆਪਣੀ ਵੋਟ ਪਾਈ ਤਾਂ ਡੋਨਲਡ ਟਰੰਪ ਨੇ ਬੂਥ ਤੇ ਜਾ ਕੇ ਆਪਣਾ ਮਤਦਾਨ ਕੀਤਾ। ਇਸ ਦੇ ਨਾਲ ਹੀ ਡੋਨਲਡ ਟਰੰਪ ਨੇ ਕੋਰਟ ਜਾਣ ਦੀ ਗੱਲ ਆਖੀ ਹੈ। ਜੇਕਰ ਬਾਈਡਨ ਜਿੱਤਦਾ ਹੈ ਅਤੇ ਟਰੰਪ ਹਾਰਦਾ ਹੈ ਤਾਂ ਟਰੰਪ ਵੱਲੋਂ ਜੋ ਕੇਸ ਕੀਤਾ ਜਾਵੇਗਾ ਉਸਦੀ ਸੁਣਵਾਈ ਹੋਵੇਗੀ ਅਤੇ ਫੈਸਲਾ ਆਉਂਦੇ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਰੋਹ ਵਿੱਚ ਦੇਰੀ ਹੋ ਸਕਦੀ ਹੈ ਤੇ ਫੈਸਲਾ ਆਉਣ ਤੱਕ ਇਸ ਦੇ ਵਿਚਲਾ ਸਮਾਂ ਅਮਰੀਕਾ ਲਈ ਬਹੁਤ ਤਣਾਅਪੂਰਨ ਅਤੇ ਬੁਰਾ ਹੋ ਸਕਦਾ ਹੈ। ਦੰਗੇ ਭੜਕਣ ਦੇ ਡਰ ਤੋਂ ਅਮਰੀਕਾ ਨੇ ਇਸ ਦੀ ਤਿਆਰੀ ਹੁਣ ਤੋਂ ਹੀ ਕਰ ਲਈ ਹੈ। ਸਭ ਸਟੋਰਸ ਅਤੇ ਮਾਲਸ ਦੀ ਸ਼ੀਸ਼ੇ ਦੀਆਂ ਦੀਵਾਰਾਂ ਨੂੰ ਲੱਕੜ ਨਾਲ ਢੱਕ ਦਿੱਤਾ ਹੈ ਤਾਂ ਜੋ ਭੰਨਤੋੜ ਨਾ ਹੋ ਸਕੇ। ਆਮ ਤੌਰ ਤੇ ਵੇਖਿਆ ਜਾਵੇ ਤਾਂ 14 ਦਸੰਬਰ ਨੂੰ ਰਾਸ਼ਟਰਪਤੀ ਦੀ ਚੋਣ ਕੀਤੀ ਜਾਵੇਗੀ। ਚੋਣਾਂ ਵਿੱਚ ਚੁਣੇ ਗਏ 538 ਇਲੈਕਟੋਰੇਟ ਆਪਣੀ ਮਰਜ਼ੀ ਨਾਲ ਰਾਸ਼ਟਰਪਤੀ ਚੁਣ ਸਕਦੇ ਨੇ। ਇਹਨਾਂ ਚੁਣੇ ਗਏ ਮੈਂਬਰਾਂ ਨੂੰ ਆਪਣੀ ਪਾਰਟੀ ਨੂੰ ਹੀ ਵੋਟ ਦੇਣ ਦੀ ਕੋਈ ਬੰਦਿਸ਼ ਨਹੀਂ ਹੁੰਦੀ। ਇਹ ਆਪਣਾ ਫੈਸਲਾ ਬਦਲ ਵੀ ਸਕਦੇ ਨੇ, ਜਿਸ ਤਰ੍ਹਾਂ 2016 ਵਿੱਚ 10 ਮੈਂਬਰਾਂ ਨੇ ਆਪਣੀ ਪਾਰਟੀ ਦੇ ਵਿਰੁੱਧ ਵੋਟ ਪਾਈ ਸੀ। ਕੁਝ ਸਵਿੰਗ ਸਟੇਟਸ ਵਿੱਚ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਅਤੇ ਕੁਝ ਵਿੱਚ ਵੋਟਾਂ ਦੀ ਗਿਣਤੀ ਚੱਲ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਸਵਿੰਗ ਸਟੇਟਸ ਉਹ ਸੂਬੇ ਹੁੰਦੇ ਨੇ ਜਿੱਥੋਂ ਦੇ ਵੋਟਰ ਕਿਸੇ ਵੀ ਧਿਰ ਦੇ ਪੱਕੇ ਨਹੀਂ ਹੁੰਦੇ ਅਤੇ ਕਿਸੇ ਵੀ ਸਮੇਂ ਸਮਰਥਨ ਬਦਲ ਸਕਦੇ ਨੇ। ਅਮਰੀਕਾ ਵਿੱਚ ਕਰੀਬ 12 ਸਵਿੰਗ ਸਟੇਟਸ ਨੇ ਜਿਨ੍ਹਾਂ ਵਿੱਚ ਮਿਸ਼ੀਗਨ, ਵਾਸ਼ਿੰਗਟਨ, ਐਰੀਜ਼ੋਨਾ ਵਿੱਚ ਬਾਈਡਨ ਦੀ ਜਿੱਤ ਹੋਈ ਹੈ ਤਾਂ ਫਲੋਰੀਡਾ ਤੇ ਟੈਕਸਾਸ ਵਿੱਚ ਟਰੰਪ ਨੇ ਜਿੱਤ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਨਵੇਡਾ, ਪੈਨਸਲਵੇਨੀਆ, ਨਾਰਥ ਕੈਰੋਲਾਈਨਾ ਵਿੱਚ ਟਰੰਪ ਨੇ ਲੀਡ ਬਣਾਈ ਹੋਈ ਹੈ। 1992 ਤੋਂ ਲੈ ਕੇ 2016 ਤੱਕ 3 ਰਾਸ਼ਟਰਪਤੀ ਰਹੇ ਜਿਨ੍ਹਾਂ ਨੂੰ 2 ਟਰਮ ਮਿਲੇ, ਯਾਨੀ ਕਿ ਉਹ 2 ਵਾਰ ਰਾਸ਼ਟਰਪਤੀ ਬਣੇ, ਜਿਨ੍ਹਾਂ ਵਿੱਚ ਬਿਲ ਕਲਿੰਟਨ, ਜਾਰਜ ਡਬਲਯੂ ਬੁਸ਼ ਅਤੇ ਬਰਾਕ ਓਬਾਮਾ ਸ਼ਾਮਿਲ ਨੇ। ਜੇਕਰ ਟਰੰਪ ਇਸ ਵਾਰ ਦੀਆਂ ਇਲੈਕਸ਼ਨ ਹਾਰਦਾ ਹੈ ਤਾਂ ਉਹ ਇਸ ਰੇਸ ਤੋਂ ਬਾਹਰ ਹੋ ਜਾਵੇਗਾ। ਹੁਣ ਅਮਰੀਕਾ ਦੀ ਕਿਸਮਤ ਕੀ ਮੋੜ ਲੈਂਦੀ ਹੈ ਇਹ ਤਾਂ ਆਉਣ ਵਾਲੇ ਨਤੀਜੇ ਹੀ ਤੈਅ ਕਰਨਗੇ, ਪਰ ਅਮਰੀਕਾ ਦੇ ਇਤਿਹਾਸ ਵਿੱਚ ਅਜਿਹਾ ਫਸਮਾ ਮੁਕਾਬਲਾ ਅੱਜ ਤੱਕ ਵੇਖਣ ਨੂੰ ਨਹੀਂ ਮਿਲਿਆ। ਅਮਰੀਕਾ ਦੇ ਰਾਸ਼ਟਰਪਤੀ ਦੀ ਕੁਰਸੀ ਲਈ ਇਹ ਜੰਗ ਨਤੀਜਿਆਂ ਨਾਲ ਮੁੱਕਦੀ ਹੈ ਜਾਂ ਅੱਗੇ ਵਧਦੀ ਹੈ, ਇਸ ਉੱਪਰ ਵੀ ਸਭ ਦੀ ਨਜ਼ਰ ਬਣੀ ਹੋਈ ਹੈ। ਅਮਰੀਕਾ ਦੀਆਂ ਚੋਣਾਂ ਤੇ ਹਾਲਾਤਾਂ ਉੱਪਰ ਬਣੀ ਰਹੇਗੀ ਸਾਡੀ ਨਜ਼ਰ। ਤਦ ਤੱਕ ਲਈ ਦਿਓ ਇਜਾਜ਼ਤ, ਨਮਸਕਾਰ।